शुरू करने जी इज़्ज़त जब बड़ा ही मेहरबान है और अज की खूबसूरत गल कि हो सकता दुनिया मुनाफ्त बाजी ले मगर आखरत सच्चे लोगों की कामयाबी का दिन है उसी हमेशा ये गल याद रखो कि कभी किसी को नहीं डरना दिल्ली और अपने आमाल सब तो ज्यादा खौफ गुनाह रखो और ना ही कोई किसी को उम्मीद रखे स्वाय अल्लाह की जात तो ਇਸ ਸੋਹਣੀ ਜੀ ਗੱਲ ਨਾਲ ਅੱਜ ਦੇ ਦਿਨ ਦਾ ਆਗਾਜ਼ ਕਰਨੇ ਆਂ ਔਰ ਉਮੀਦ ਕਰਨੇ ਆ ਕਿ ਸਾਨੂੰ ਦੇਸ ਪਰਦੇਸ ਤੋਂ ਦੇਖਣ ਵਾਲੇ ਸਾਡੇ ਸਾਰੇ ਭੈਣ ਭਰਾ ਬਿਲਕੁਲ ਠੀਕ ਠਾਕ ਹੋਣਗੇ ਤੇ ਜੀ ਅਸੀਂ ਬਣਾ ਰਹੇ ਆ ਮੰਗੋ ਜੂਸ ਉਹਦੇ ਵਾਸਤੇ ਮੈਂ ਮੰਗੋ ਲੈ ਕੇ ਉਹਨੂੰ ਪੀਲ ਆਫ ਕੀਤਾ ਔਰ ਉਹਦਾ ਪਲਪ ਅਲੱਗ ਕਰ ਲਿਆ ਹੈ ਔਰ ਜੂਸਰ ਬਲੈਂਡਰ ਵਿੱਚ ਪਾ ਕੇ ਚੀਨੀ ਔਰ ਬਰਫ਼ ਦੇ ਨਾਲ ਉਹਨੂੰ ਅچھے ਤਰੀਕੇ ਨਾਲ ਉਹਦੀ ਇੱਕ ਸਮੂਦੀ ਤਿਆਰ ਕੀਤੀ ਉਸ ਤੋਂ ਬਾਅਦ ਹਸਪੇ ਜ਼ਰੂਰਤ ਉਸੀ ਇਹਦੇ ਵਿੱਚ ਪਾਣੀ ਪਾ ਸਕਦੇ ਹੋ ਅਗਰ ਨਾ ਚਾਹੋ ਤਾਂ ਬਹੁਤ ਠੀਕ ਵੀ ਰੱਖ ਸਕਦੇ ਹੋ ਤੁਸੀਂ ਔਰ ਚੀਨੀ ਵੀ ਆਪਸ਼ਨਲ ਹੈ ਅਗਰ ਤੁਹਾਨੂੰ ਪਸੰਦ ਨਹੀਂ ਤੇ ਤੁਸੀਂ ਆਪਾ ਉਹ ਅਗਰ ਤੁਸੀਂ ਨੇਚਰਲ ਮਿੱਠਾ ਤੇ ਜਾਣਾ ਜਾਂਦੇ ਹੋ ਤੇ ਤੁਸੀਂ ਬਸ ਉਹੀ ਜਿਹੜਾ ਮਿੱਠਾ ਵਿੱਚ ਆਉਂਦੇ ਹੈ ਉਹੀ ਤੁਸੀਂ ਯੂਜ਼ ਕਰ ਸਕਦੇ ਹੋ ਔਰ ਇਹ ਬਹੁਤ ਹੈਲਦੀ ਡਰਿੰਕ ਹੈ ਕੰਪੈਰੀਟਿਵਲੀ ਕਿ ਤੁਸੀਂ ਮਿਲਕ ਸ਼ੇਕ ਬਣਾ ਕੇ ਪੀਓ ਠੀਕ ਹੋ ਗਿਆ ਜੀ ਔਰ ਅਸੀਂ ਨੂੰ ਅਲhamdulillah ਨਾਸ਼ਤਾ ਤੋਂ ਪਹਿਲੇ ਇੰਜੋਏ ਕੀਤਾ ਔਰ ਉਸ ਤੋਂ ਬਾਅਦ ਮੈਂ ਚਿਕਨ ਰੈਡੀ ਕੀਤਾ ਹੈ ਚਿਕਨ ਪਰਾਠਾ ਬਣਾਉਣ ਵਾਸਤੇ ਔਰ ਐਕਲੀਪ ਤੁਹਾਡੇ ਨਾਲ ਸ਼ੇਅਰ ਕਰ ਰਹੀਆਂ ਔਰ ਜੀ ਇਹ ਖੂਬਸੂਰਤ ਜੇ ਮੇਰੇ ਘਰ ਦੇ ਪਲਾਂਟਸ ਨੇ ਇਹ ਤੁਸੀਂ ਦੇਖੋ ਹੁਣ ਔਰ ਤੁਹਾਨੂੰ ਦੱਸਣੇ ਆ ਕਿ ਅੱਗੇ ਅਸੀਂ ਕੀ ਕਰ ਰਹੇ ਹਾਂ ਠੀਕ ਹੋ ਗਿਆ ਨਾਸ਼ਤੇ ਦਾ ਹਲੇ ਕੁਝ ਟਾਈਮ ਹੈ ਸੀ ਤੇ ਮੈਂ ਕਿਹਾ ਕਿ ਪਹਿਲੇ ਮੈਂ ਰਾਤੀ ਦੀ ਹਾਂਡੀ ਬਣਾ ਲਾਂ ਕਿਉਂਕਿ ਉਸ ਤੋਂ ਬਾਅਦ ਮੈਨੂੰ ਕਿਤੇ ਜਾਣਾ ਹੈ ਔਰ ਮੈਂ ਬਣਾਈ ਹੈ ਭਿੰਡੀ ਔਰ ਚਿਕਨ ਦਾ ਸਾਲਨ ਇਹਦੀ ਡਿਟੇਲ ਵੀਡੀਓ ਮੈਂ ਅਲੱਗ ਤੋਂ ਦੇ ਦੇਾਂਗੀ ਚੈਨਲ ਤੇ ਔਰ ਉਸ ਤੋਂ ਬਾਅਦ ਜੀ ਮੈਂ ਮਾਰਕੀਟ ਚੋਂ ਤਰਬੂਜ਼ ਲੈ ਕੇ ਆਈ ਸੀ ਤੇ ਉਸ ਮੈਂ ਉਹਨੂੰ ਜ਼ਰਾ ਰੈਡੀ ਕਰਨਾ ਹੈ ਤੇ ਮੈਂ ਤੁਹਾਡੇ ਸਾਹਮਣੇ ਉਹਦਾ ਜ਼ਰਾ ਜ਼ਿਬਾ ਕਰ ਰਹੀ ਹਾਂ ਤੁਸੀਂ ਦੇਖੋ ਇਹਨੂੰ ਔਰ ਅੱਲਾਹ ਦੀਆਂ तमाम ਦਿੱਤੀਆਂ نعمتਾਂ ਦਾ ਸ਼ੁਕਰ ਅਦਾ ਕੀਤਾ ਕਰੋ ਔਰ ਇਹਨਾਂ ਨੂੰ ਹੂਬ ਇੰਜੋਏ ਕਰੋ ਬਸ ਥੋੜਾ ਜਿਹਾ ਟਾਈਮ ਰਹਿ ਗਿਆ ਤਰਬੂਜ਼ ਠੀਕ ਹੈ ਤੇ ਇਹਨੇ ਵੀ ਹੁਣ ਮੁੱਕ ਜਾਣਾ ਫਿਰ ਉਸ ਤੋਂ ਬਾਅਦ ਅਸੀਂ ਅੰਬਾਂ ਤੇ ਰਹਿ ਜਾਣਾ ਤੇ ਅੰਬ ਮੁੱਕਣ ਤਾਂ ਨਾਲ ਹੀ ਸਾਡੇ ਵਾਸਤੇ ਕਿੰਨੋਂ ਆ ਜਣੇ ਨੇ ਦਫਾ ਵੀ ਇਹ ਆ ਲਈ ਰੱਬੀ ਕੁਮਾਤੂ ਕਾ ਜ਼ਬਾਨ ਅਸੀਂ ਆਪਣੇ ਰੱਬ ਦੀਆਂ ਨਿਮਤਾਂ ਦਾ ਕਦੇ ਵੀ ਸ਼ੁਕਰ ਅਦਾ ਨਹੀਂ ਕਰ ਸਕਦੇ ਕਿ ਇਸ ਕਿਸ ਨਿਮਤ ਦਾ ਅਸੀਂ ਸ਼ੁਕਰ ਅਦਾ ਕਰਨਾ ਅਸੀਂ ਤਾਂ ਕਦੀ ਇੰਨੀ ਗੱਲ ਵੀ ਨਹੀਂ ਸੋਚੀ ਹੈ ਕਿ ਅਸੀਂ ਜਿਹੜੀ ਸਾਹ ਲੈ ਰਹੇ ਹਾਂ ਅਗਰ ਇੱਕ ਲਮ੍ਹੇ ਲਈ ਸਾਡੀ ਉਹ ਸਾਹ ਰੋਕ ਦਵੇ ਤੇ ਅਸੀਂ ਉਹਦਾ ਕੋਈ ਹੱਲ ਕਰ ਸਕਨੇ ਆ ਅਸੀਂ ਹਰ ਗਿਜ਼ ਨਾ ਕਰ ਸਕਦੇ ਸਵਾਯੋ ਦਾ ਰਹਿਮ ਔਰ ਕਰਮ ਤੋਂ ਤੇ ਅੱਲਾਹ ਤਾਲਾ ਦੀ ਜਿਹੜੀਆਂ ਨਿਮਤਾਂ ਨੇ ਉਹਨਾਂ ਦਾ ਹਰ ਸਾਹ ਦਾ ਸ਼ੁਕਰ अदा किया करो और द्रोधे पाक की कसरत कराया अल्लाह जिम्मे इज़्ज़त अपने महबूब सल अलाम ते द्रुदे पाक दसरत फरमा उस तरीके है इन अला व मलाई काबी यान वसम तसलीम जजल्लास दीना मोहम्मदी व आलि व असहाि ही व बारिक वसम लबई क या रसोल्ला एक खूबसूरत ज द्रुद पाक मैनू बहुत ज्यादा पसंद है ਔਰ ਤੁਸੀਂ ਵੀ ਉਮੀਦ ਕਰਨੀ ਆ ਕਿ ਇੱਕ ਦਫਾ ਤੇ ਜ਼ਰੂਰ ਦਰੂਦੇ ਪਾਕ ਪੜੋਗੇ ਔਰ ਮੇਰਾ ਵਲੌਗ ਅੱਜ ਬਹੁਤ ਡਿਟੇਲ ਵਾਲਾ ਨਹੀਂ ਸੀ ਕਿਉਂਕਿ ਮੈਂ ਇਸ ਕੰਮ ਤੋਂ ਬਾਅਦ ਜਿਹੜਾ ਹੈ ਜਾਣਾ ਹੈ ਔਰ ਇਨਸ਼ਾਅੱਲਾ ਇਨਸ਼ਾਅੱਲਾ ਤੁਹਾਡੀ ਮੁਲਾਕਾਤ ਵੀ ਕਰਾਵਾਂਗਾ ਅਸੀਂ ਕਿਤੇ ਜਾਣਾ ਹੈ ਲੇਕਿਨ ਨੈਕਸਟ ਵਲੌਗ ਵਿੱਚ ਔਰ ਇਹ ਖੂਬਸੂਰਤ ਜਿਹਾ ਮੰਜ਼ਰ ਦੇਖੋ ਇਹਨੂੰ ਅਸੀਂ ਫ੍ਰਿਜ ਵਿੱਚ ਰੱਖ ਦਿੰਨੇ ਆ ਤਾਂ ਕਿ ਖਾਣ ਦੇ ਵਕਤ ਤੱਕ ਠੰਡਾ ਹੋ ਜਾਵੇ ਔਰ ਜੀ ਹੁਣ ਅਸੀਂ ਟ੍ਰੈਵਲ ਕਰਨਾ ਸਟਾਰਟ ਕੀਤਾ ਹੈ ਤੇ ਇਹ ਜੀ ਬਾਹਰ ਲਗੇ ਹੋਏ ਖੂਬਸੂਰਤ ਜੇ ਪਲਾਂਟ ਨੇ ਪਤਾ ਨਹੀਂ ਇਹ ਕਿਹੜੇ ਨੇ ਲੇਕਿਨ ਮੈਨੂੰ ਅچھے ਲੱਗੇ ਤਾਂ ਮੈਂ ਇਹਦਾ ਕਲਿੱਪ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਰਹੀ ਆ ਤੇ ਇਹਨੂੰ ਤੁਸੀਂ ਇੰਜੋਏ ਕਰੋ ਔਰ ਕੱਲ ਦੇ ਵਲੌਗ 'ਚ ਹੋਏਗੀ ਮੁਲਾਕਾਤ ਅੱਲਾਹ ਹਾਫਿਜ਼